ਸਤਿ ਸ਼੍ਰੀ ਅਕਾਲ ਗਲੋਬਲ ਪੰਜਾਬ ਟੀਵੀ ਤੁਸੀਂ ਵੇਖ ਰਹੇ ਹੋ ਮੈਂ ਜਤਿੰਦਰ ਕੌਰ ਲੈ ਕੇ ਹਾਜ਼ਰਾਂ ਪ੍ਰੋਗਰਾਮ ਗਲੋਬਲ ਡਿਸਕਸ਼ਨ ਇਸ ਪ੍ਰੋਗਰਾਮ ਦੇ ਵਿੱਚ तमाम ਦਿਨ ਭਰ ਦੀਆਂ ਵੱਡੀਆਂ ਖਬਰਾਂ ਤੇ ਚਰਚਾ ਕੀਤੀ ਜਾਂਦੀ ਹੈ ਉਹ ਵੱਡੀਆਂ ਖਬਰਾਂ ਚਾਹੇ ਪੰਜਾਬ ਦੇ ਨਾਲ ਸੰਬੰਧਿਤ ਹੋਣ ਜਾਂ ਫਿਰ ਦੇਸ਼ਾਂ ਵਿਦੇਸ਼ਾਂ ਦੇ ਨਾਲ ਸੰਬੰਧਿਤ ਹੋਣ ਇਹਨਾਂ ਖਬਰਾਂ ਤੇ ਚਰਚਾ ਕਰਨ ਦੇ ਲਈ ਹਰ ਵਾਰ ਦੀ ਤਰ੍ਹਾਂ ਪ੍ਰੋਗਰਾਮ ਵਿੱਚ ਮੇਰੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਦੀਪਕ ਸ਼ਰਮਾ ਜਨਾਰਥਲ ਜੀ ਸਭ ਤੋਂ ਪਹਿਲਾਂ ਪ੍ਰੋਗਰਾਮ ਗਲੋਬਲ ਡਿਸਕਸ਼ਨ ਦੇ ਵਿੱਚ ਉਹਨਾਂ ਦਾ ਸਵਾਗਤ ਕਰਦੇ ਹਾਂ ਸਵਾਗਤ ਹੈ ਸਰ ਪ੍ਰੋਗਰਾਮ ਤੁਹਾਡਾ। ਸ਼ੁਕਰੀਆ ਜਤਿੰਦਰ ਜੀ। ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼ਕਾਲ। ਨੀਪ ਜੀ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕੈਬਨਿਟ ਦੇ ਵਿੱਚ ਰਦੋ ਬਦਲ ਤੋਂ ਕ ਕਰ ਲੈਨੇ ਆ। ਪੰਜਾਬ ਸਰਕਾਰ ਦੀ ਇਹ ਗੱਲ ਕਰੀਏ ਤਾਂ ਪਿਛਲੇ 20 ਮਹੀਨਿਆਂ ਦੀ ਜਿਹੜੀ ਸਰਕਾਰ ਹੈ ਉਸ ਦੇ ਵਿੱਚ ਚੌਥੀ ਵਾਰ ਕੈਬਨਿਟ ਮੰਤਰੀਆਂ ਦੇ ਵਿਭਾਗਾਂ ਦੇ ਵਿੱਚ ਫੇਰ ਬਦਲ ਕੀਤਾ ਗਿਆ। ਗੁਰਮੀਤ ਸਿੰਘ ਮੀਤਹੇਰ ਤੋਂ ਵਿਭਾਗ ਲੈ ਕੇ ਚੇਤਨ ਸਿੰਘ ਜੋੜਾ ਮਾਜਰਾ ਨੂੰ ਦਿੱਤੇ ਗਏ ਨੇ ਕਹਿੰਦੇ ਕਿ ਹੁਣ ਸਭ ਤੋਂ ਵੱਧ ਵਿਭਾਗ ਕ ਚੇਤਨ ਸਿੰਘ ਜੋੜਾ ਮਾਜਰਾ ਦੇ ਕੋਲ ਨੇ ਤੇ ਜਾਂ ਫਿਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਕੋਲ ਨੇ ਤੇ ਇਹਨਾਂ ਸਭ ਨੂੰ ਵੇਖ ਕੇ ਇਹ ਅੰਦਾਜ਼ੇ ਲਾਏ ਜਾ ਰਹੇ ਨੇ ਕਿ ਨਿਤ ਦਿਨ ਰਦੋ ਬਦਲ ਹੋਣਾ ਫਿਰ ਬਦਲ ਹੋਣਾ ਕੀ ਸਰਕਾਰ ਦੇ ਵਿੱਚ ਸਭ ਕੁਝ ਸਹੀ ਹੈ ਜਾਂ ਫਿਰ ਨਹੀਂ ਬਿਲਕੁਲ ਜਤਿੰਦਰ ਜੀ ਕੱਲ ਦੇਰ ਸ਼ਾਮ ਦੀ ਇਹ ਖਬਰ ਜਦੋਂ ਸਾਹਮਣੇ ਆਉਂਦੀ ਹੈ ਕਿ ਮੀਥੀਰ ਹੋਰਾਂ ਤੋਂ ਵਿਭਾਗ ਲੈ ਲੈ ਜੋੜੇ ਮਾਜਰੇ ਨੂੰ ਦੇ ਤੇ ਜਾਂ ਮੁੱਖ ਮੰਤਰੀ ਸਾਹਿਬ ਨੇ ਆਪ ਆਪਣੇ ਕੋਲ ਰੱਖ ਲੈ ਤਾਂ ਤੋਂ ਮੀਡੀਆ ਦੀ ਸੁਰੱਖਿਆ ਸੋਸ਼ਲ ਮੀਡੀਆ ਦੀਆਂ ਸੁਰੱਖਿਆ ਇਹ ਸਵਾਲ ਇਹ ਚੱਲੀ ਜਾਂਦੀਆਂ ਕਿ ਮੀਥੀਰ ਦੇ ਪਰ ਕੁਦਰਤੇ ਜੀ ਮੀਥੀਰ ਨੂੰ ਹਲਕਾ ਕਰਤਾ ਮੀਥੀਰ ਨੂੰ ਖੁੱਡੇ ਲਾਤਾ ਮਤਲਬ ਇਦਾਂ ਦੀਆਂ ਸੁਰੱਖਿਆ ਕੋਲ ਚੱਲਦੀਆਂ ਪਰ ਜਿਹੜਾ ਪੱਖ ਤੁਸੀਂ ਸ਼ੂ ਰਹੇ ਹੋ ਉਹ ਜ਼ਿਆਦਾ ਅਹਿਮ ਹੈ ਜੀ ਮੀਥੀਰ ਮੰਤਰੀ ਨੇ ਨਾ ਜੀ ਮંત્રી ਹੁਣ ਵੀ ਨੇ ਬਿਲਕੁਲ ਕਿ ਉਹਨਾਂ ਨੂੰ ਰਾਹਤ ਦਿੱਤੀ ਹੈ ਜਾਂ ਪਰ ਕੁਤਰੇ ਨੇ ਇਹ ਵੀ ਇੱਕ ਸਵਾਲ ਹੈ ਬਿਲਕੁਲ ਪਰ ਅਹਿਮ ਸਵਾਲ ਇਹ ਹੈ ਕਿ ਇਸ ਮੌਕੇ ਸਰਕਾਰ ਦੀ ਹਾਲਤ ਕੀ ਹੈ ਤੁਸੀਂ ਗੱਲ ਕਰ ਰਹੇ ਹੋ ਕਿ ਤੋਂ ਪਹਿਲਾਂ ਚਾਰ ਵਾਰ ਮਤਲਬ ਕਿ ਸਰਕਾਰ ਦੀ ਕੈਬਨਿਟ ਦੇ ਅੰਦਰ ਫੇਰ ਬਦਲ ਹੋ ਚੁੱਕਿਆ ਹੈ ਪੰਜਵਾਂ ਫੇਰ ਬਦਲ ਇਹ ਹੋ ਗਿਆ ਜੀ ਪੰਜ ਫੇਰ ਬਦਲ ਹੋ ਗਏ ਤਿੰਨ ਮੰਤਰੀ ਸਰਕਾਰ ਚੋਂ ਬਾਹਰ ਜਾ ਚੁੱਕੇ ਨੇ ਜੀ ਹੈ ਨਾ ਤੇ ਕਿੰਨੀ ਵਾਰ ਉੱਪਰ ਥੱਲੇ ਕਰ ਕਰਾ ਕੇ ਜੀ ਦੋਸ਼ਾਂ 'ਚ ਘਿਰੇ ਇੱਕ ਦੋ ਮੰਤਰੀ ਅਜੇ ਹੋਰ ਨੇ ਬਿਲਕੁਲ ਜੇ ਸਹੀ ਦੇਖੀਏ ਤਾਂ ਅੱਜ ਤੱਕ ਪੰਜ ਮੰਤਰੀ ਬਾਰ ਹੋ ਜਾਣੇ ਸੀ ਜੀ ਤਿੰਨ ਤਾਂ ਬਾਹਰ ਚਲੇ ਗਏ ਬਿਲਕੁਲ ਸਭ ਤੋਂ ਪਹਿਲਾਂ ਮਤਲਬ ਕਿ ਵਿਜੇ ਸਿੰਘਲਾ ਹੈ ਨਾ ਉਹ ਬਣਦੇ ਹੀ ਸਰਕਾਰ ਦੂਏ ਦਿਨੇ ਨਾਲ ਬਿਠਾ ਲਿਆ ਜੀ ਕਿ ਫੜ ਲਿਆ ਕਮਿਸ਼ਨ ਲਾਓ ਜੀ ਜੀ ਉਸ ਤੋਂ ਬਾਅਦ ਫੇਰ ਆ ਗਈ ਸਰਾਰੀ ਲੰਬਾ ਲਟਕਾਇਆ ਫਿਰ ਉਸ ਤੋਂ ਬਾਅਦ ਆਖਰ ਭੇਜਣਾ ਪਿਆ ਫਿਰ ਉਸ ਤੋਂ ਬਾਅਦ ਖੁਦ ਛੱਡ ਗਏ ਹੈ ਨਾ ਤੀਸਰੇ ਮੰਤਰੀ ਜੀ ਤੇ ਇਸ ਤੋਂ ਬਾਅਦ ਹੁਣ ਇਹ ਨਿੱਜਰ ਉਹਨਾਂ ਦੇ ਛੱਡਣ ਤੋਂ ਬਾਅਦ ਉਹਨਾਂ ਨੇ ਆਪਣੇ ਆਪ ਛੱਡਿਆ ਉਹ ਤੋਂ ਬਾਅਦ ਹੁਣ ਤੱਕ ਤਾਂ ਨਹੀਂ ਤਾਂ ਉਹ ਕਟਾਰੂ ਚੱਕ ਵੀ ਬਾਹਰ ਹੋਣਾ ਸੀ ਉਹ ਤਾਂ ਪਤਾ ਨਹੀਂ ਬੇਸ਼ਰਮੀ ਕਰਕੇ ਰੱਖਿਆ ਤੇ ਪੰਜਵਾਂ ਜੇਕਰ ਉਹ ਪੈਨ ਡਰਾਈਵ ਸੱਚੀ ਆ ਜੀ ਤਾਂ ਜੇ ਉਹ ਆ ਗਈ ਹੁੰਦੀ ਹੁਣ ਤੱਕ ਹੀ ਖੋਰ ਹੋ ਜਾਣਾ ਸੀ ਜਾਂ ਹੋ ਜੂਗਾ ਬਿਲਕੁਲ ਚਲੋ ਪਰ ਸਵਾਲ ਮੈਂ ਮੀਥੇਰ ਔਰ ਜੋੜੇ ਮੱਜਰੇ ਜਾਂ ਮੁੱਖ ਮੰਤਰੀ ਵਾਲੇ ਹਵਾਲੇ ਨਾਲ ਬਾਅਦ ਚ ਆਣਾ ਮੈਂ ਪਹਿਲਾਂ ਇਸੇ ਹਵਾਲੇ ਨਾਲ ਹੋਣਾ ਕਿ ਕੀ ਸਰਕਾਰ ਸਾਰਾ ਕੁਝ ਠੀਕ ਆ ਪੌਣੇ 2 ਸਾਲ ਹੋਏ ਹੋਣ ਤੁਸੀਂ 20 ਮਹੀਨਿਆਂ ਦੀ ਜਿਵੇਂ ਗੱਲ ਕਰ ਰਹੇ ਹੋ 20 ਮਹੀਨੇ ਸਰਕਾਰ ਨੂੰ ਹੋਏ ਹੋਣ ਪੰਜ ਵਾਰ ਤੁਹਾਡੀ ਸਰਕਾਰ ਦੇ ਵਿੱਚ ਕੈਬਨਿਟ ਚ ਰਦੋਬਦਲ ਹੋ ਜਵੇ। ਜੀ। ਦੋ ਦੋ ਵਾਰ ਵਿਸਤਾਰ ਹੋ ਜਵੇ ਕੈਬਨਿਟ ਦਾ। ਹਮ। ਹੈਨਾ? ਤਿੰਨ ਤਿੰਨ ਮੰਤਰੀ ਛੱਡ ਕੇ ਜਾ ਜਾਣ ਜਾਂ ਤੁਹਾਨੂੰ ਕੱਢਣੇ ਪੈ ਜਾਣ। ਹਮ। ਤੇ ਫਿਰ ਸਰਕਾਰ ਸਾਰਾ ਕੁਝ ਠੀਕ ਕਿਵੇਂ ਹੈ ਜੀ? ਹਮ। 19 ਮਾਰਚ 2022 ਨੂੰ ਸੌ ਚੁੱਕਦੇ ਨੇ ਮੰਤਰੀ। ਜੀ। ਤੇ 24 ਮਾਰਚ ਨੂੰ ਚੁੱਕਦੇ ਨੇ 22 ਮਾਰਚ ਨੂੰ ਵਿਭਾਗਾਂ ਦੀ ਬੰਦ ਹੋ ਜਾਂਦੀ ਹੈ। ਜੀ। ਵਿਭਾਗਾਂ ਦੀ ਬੰਦ ਤੋਂ ਬਾਅਦ ਮਾਰਚ ਤੋਂ ਬਾਅਦ ਮਈ ਦੇ ਵਿੱਚ ਲਗਭਗ 1 ਮਹੀਨਾ 22 ਮਾਰਚ ਨੂੰ ਬੰਡ ਹੁੰਦੀ ਆ ਵਿਭਾਗਾਂ ਦੀ 24 ਮਈ ਨੂੰ ਸਿੰਗਲੇ ਵਾਲਾ ਮਾਮਲਾ ਵਾਪਰ ਜਾਂਦਾ ਜੀ ਸੱਚਾ ਝੂਠਾ ਮੁੱਖ ਮੰਤਰੀ ਸਾਹਿਬ ਦੇ ਕਹਿਣ ਦਾ ਸੱਚਾ ਸੀ ਤੇ ਉਹਦੇ ਸਾਹਮਣੇ ਉਹਦੀ ਗ੍ਰਿਫਤਾਰੀ ਵੀ ਹੋਈ ਵਿਭਾਗ ਵੀ ਵਾਪਸ ਲਿਆ ਪਰ ਅਗਲਾ ਐਮ ਐਲ ਏ ਹੈਗਾ ਹੀ ਹੈ ਚਲੋ ਮੰਤਰੀ ਮੰਡਲ ਚੋਂ ਤਾਂ ਬਾਹਰ ਗਿਆ ਬਿਲਕੁਲ ਪਹਿਲਾਂ ਤੁਸੀਂ ਕਹਿੰਦੇ ਜੀ ਅਸੀਂ ਕਾਂ ਟੰਗ ਲਿਆ ਜੀ ਆਪੇ ਅਸੀਂ ਆਪਣੇਆਂ ਨੂੰ ਵੀ ਨਹੀਂ ਬਖਸ਼ਦੇ ਮਈ ਲੰਗੀ ਜੀ ਉਹ ਤੋਂ ਬਾਅਦ ਤੁਸੀਂ 5 ਜੁਲਾਈ ਨੂੰ ਮਤਲਬ ਕਿ ਮੰਤਰੀ ਮੰਡਲ ਦਾ ਵਿਸਤਾਰ ਕੀਤਾ ਪੰਜ ਨਵੇਂ ਮੰਤਰੀ ਸ਼ਾਮਿਲ ਕੀਤੇ ਉਹਨਾਂ ਚ ਅਮਨ अरोड़ा ਜੀ ਆਪਣਾ ਬੀਬੀ ਅਨਮੋਲ ਗਗਨਮਾਨ ਹੈ ਉਹਦੇ ਨਾਲੇ ਚੇਤਨ ਸਿੰਘ ਜੋੜਾ ਮਾਜਰਾ ਫੋਜਾ ਸਿੰਘ ਸਰਾਰੀ ਇਦਾਂ ਪੰਜ ਮੰਤਰੀ ਮੰਤਰੀ ਇਹਦੇ ਵਿੱਚ ਇੰਦਰਵੀਰ ਸਿੰਘ ਨਿੱਜਰ ਤੇ ਆ ਗਏ ਇਹਨਾਂ ਦੇ ਆਉਣ ਤੋਂ ਕੁਝ ਦਿਨ ਬਾਅਦ ਹੀ ਆਡੀਓ ਵਾਲਾ ਮਾਮਲਾ ਆ ਗਿਆ ਜੀ ਸਰਾਰੀ ਦਾ ਤੇ ਤੁਹਾਨੂੰ ਉਹ ਕੱਢਣਾ ਪਿਆ ਤੁਸੀਂ ਜਾ ਕੇ ਉਹਨੂੰ ਜਨਵਰੀ 2022 ਦੇ ਵਿੱਚ ਉਹ ਤੋਂ ਮੰਤਰੀ ਮੰਡਲ ਜਿਹਨੂੰ ਬਾਹਰ ਕਰ ਦਿੰਨੇ ਹੋ ਜੀ ਉਸ ਤੋਂ ਬਾਅਦ ਫਿਰ ਤੁਹਾਡਾ ਫਿਰ ਦੂਸਰੇ ਤੁਸੀਂ ਦੋ ਤਿੰਨ ਮੰਤਰੀ ਫਿਰ ਲਏ ਬਲਬੀਰ ਸਿੰਘ ਨੂੰ ਚਲੋ ਤੁਸੀਂ ਸਿਹਤ ਮੰਤਰੀ ਬਣਾਤਾ ਹੈ ਨਾ ਸਿਹਤ ਮੰਤਰੀ ਵੀ ਤੇਨੇ ਬਦਲੇ ਹੁਣ ਤੱਕ ਜੀ ਬਿਲਕੁਲ ਸ਼ੁਰੂ ਦੇ ਵਿੱਚ ਬੀਜੇ ਸਿੰਘ ਲਾ ਸੀ ਫਿਰ ਜੋੜੇ ਮਾਜਰਾ ਨੂੰ ਦਿੱਤਾ ਜੋੜੇ ਮਾਜਰਾ ਤੋਂ ਫਿਰ ਕੁਛ ਦਿਨ ਆਪਣੇ ਕੋਲ ਰੱਖਿਆ ਫਿਰ ਬਲਬੀਰ ਨੂੰ ਦਿੱਤਾ ਜੀ ਤੇ ਉਹ ਤੋਂ ਬਾਅਦ ਬਲਬੀਰ ਨੂੰ ਲਿਆ ਤੇ 31 ਮਈ ਨੂੰ ਤੁਸੀਂ ਫਿਰ ਕਹਿੰਦੇ ਵਿਸਤਾਰ ਕਰ ਰਹੇ ਹਾਂ ਜੀ ਅਸੀਂ ਕੈਬਨਿਟ ਦਾ ਦੋ ਮੰਤਰੀ ਤੁਹਾਨੂੰ ਫਿਰ ਲੈਣੇ ਪਏ ਬਲਕਾਰ ਸਿੰਘ ਹੋਰੀ ਔਰ ਖੁੱਡੀਆਂ ਹੋਰੀ ਜੀ ਤੇ ਫਿਰ ਚਲੋ ਜਦੋਂ ਨਵੇਂ ਮੰਤਰੀ ਆਉਂਦੇ ਨੇ ਜਤਿੰਦਰ ਜਦੋਂ ਪੰਜ ਮੰਤਰੀ ਤੁਸੀਂ ਨਵੇਂ ਸ਼ਾਮਲ ਕੀਤੇ ਅਮਨ अरोड़ा ਅਨਮੋਲ ਗਗਨ ਮਾਨੋਣੀ ਹੈ ਨਾ ਇੰਦਰ ਬਿੰਨੇਜਰ ਹੋਰੀ ਜੀ ਬਿਲਕੁਲ ਜਦੋਂ ਤੁਸੀਂ ਉਹ ਪੰਜ ਲਏ ਤਾਂ ਉਹਨਾਂ ਨੂੰ ਤਾਂ ਵਿਭਾਗ ਦੇਣੇ ਆ ਉਹ ਤਾਂ ਸਮਝ ਆਉਂਦਾ ਬਿਲਕੁਲ ਕਿਉਂ ਪਹਿਲੇ ਮੰਤਰੀਆਂ ਕੋਲ ਜਿਹੜੇ ਬੰਦੇ ਨੇ ਉਹਨਾਂ ਚੋਂ ਹੀ ਕੁਝ DAOਗੇ ਉਹ ਵੀ ਠੀਕ ਹੈ ਜੀ ਤੁਸੀਂ ਨਵੇਂ ਦੋ ਹੋਰ ਲਏ ਬਲਕਾਰ ਜੀ ਔਰ ਆਪਣਾ ਗੁਰਮੀਤ ਗੁਰਮੀਤ ਖੁੱਡੀਆਂ ਹੋਰੀ ਜੀ ਠੀਕ ਹੈ ਜਦੋਂ ਨਵੇਂ ਮੰਤਰੀ ਆ ਉਹਨਾਂ ਨੂੰ ਵਿਭਾਗ ਦੇਣੇ ਉਹ ਤੋਂ ਬਿਨਾ ਤੁਹਾਨੂੰ ਕਿਉਂ ਨਹੀਂ ਸਮਝ ਆਇਆ ਬਈ ਤਿੰਨ ਤਿੰਨ ਵਾਰ ਫੇਰ ਪਹਿਲਾਂ ਦੋ ਬਦਲ ਕਿਉਂ ਤਿੰਨ ਤਿੰਨ ਮੰਤਰੀਆਂ ਨੂੰ ਕਿਉਂ ਤੁਹਾਨੂੰ ਕੱਢਣਾ ਪਿਆ ਜਾਂ ਕਿਉਂ ਛੱਡ ਕੇ ਗਏ ਇਹ ਸਾਰੇ ਸਵਾਲ ਇਸ ਗੱਲ ਦਾ ਸੰਕੇਤ ਕਰਦੇ ਨੇ ਕਿ ਸਰਕਾਰ ਚ ਸਾਰਾ ਕੁਝ ਠੀਕ ਨਹੀਂ ਆ ਜਦੋਂ ਬੰਦਾ ਸਰਕਾਰ ਬਣਾਉਂਦਾ ਜੀ ਪਾਰਟੀ ਐਮ ਐਲ ਏ ਉਹਨਾਂ ਦੇ ਨੁਮਾਇंदे ਉਹਨਾਂ ਦੇ ਸਲਾਹਕਾਰ ਉਹਨਾਂ ਦੀ ਮੁਖਤਿਰ ਉਹਨਾਂ ਦੇ ਜਿਹੜੇ ਕਹਿੰਦੇ ਸੁਪਰੀਮੋ ਜੀ ਉਹਨਾਂ ਨੂੰ ਆਪਣੀ ਐਮ ਐਲ ਏ ਦੀ ਸਮਰੱਥਾ ਦਾ ਪਤਾ ਹੁੰਦਾ ਕੀ ਐ ਐਮਐਲਏ ਦੀ ਆ ਕਾਬਲੀਅਤ ਆ ਜੀ ਆ ਸਮਝ ਹੈ ਇਸ ਖੇਤਰ ਦਾ ਮਾਹਰ ਹੈ ਇਹ ਚੀਜ਼ੇ ਬਖੂਬੀ ਨਿਭਾ ਸਕਦਾ ਹੈ ਇਹਨੂੰ ਇਸ ਸਾਹ ਦੇ ਤਾਇਨਾਤ ਕੀਤਾ ਜਾ ਸਕਦਾ ਜੀ ਤੇ ਉਸ ਦੇ باوجود ਵੀ ਆਮ ਲੋਕਾਂ ਨੂੰ ਲੱਗਦਾ ਸੀ ਕਿ ਅਮਨ ਰੋੜੇ ਕੋਲ ਆ ਵਿਭਾਗ ਹੋਊਗਾ ਜੀ ਹੈਨਾ ਐ ਤੇ ਮੁੱਖ ਮੰਤਰੀ ਸਾਹਿਬ ਆ ਵਿਭਾਗ ਰੱਖਣਗੇ ਹੈਨਾ ਇਹਨਾਂ ਨੂੰ ਸਿਹਤ ਮੰਤਰਾਲੇ ਇਹਨੂੰ ਦਿੱਤਾ ਜਾਊਗਾ ਲੋਕ ਆਪਣੇ ਅੰਦਾਜ਼ੇ ਲਾ ਰਹੇ ਸੀ ਬਿਲਕੁਲ ਬਿਲਕੁਲ ਕਿਸੇ ਦੇ ਅੰਦਾਜ਼ੇ ਦੇ ਸਾਬ ਨਾਲ ਨਹੀਂ ਆਇਆ ਜੀ ਸਾਰਾ ਕੁਝ ਬਿਲਕੁਲ ਉਲਟ ਹੋਇਆ ਜਿਨ੍ਹਾਂ ਦੇ ਅੰਦਾਜ਼ੇ ਸੀ ਉਹ ਤਾਂ ਕਈਆਂ ਦੀ ਵਾਰੀ ਅਜੇ ਵੀ ਨਹੀਂ ਆਈ ਬਿਲਕੁਲ ਤੇ ਕਈ ਬਹੁਤ ਦੇਰ ਬਾਅਦ ਆਏ ਹੁਣ ਇਹ ਸਾਰੇ ਇਹਦੇ ਵਿੱਚ ਜਦੋਂ ਵੀ ਹੁਕਮ ਆਏ ਮੰਤਰੀਆਂ ਦੇ ਬਦਲਣ ਦੇ ਸਾਰਾ ਕੁਝ ਉਹ ਹੁਕਮ ਅੰਗਰੇਜ਼ੀ ਚ ਆਏ ਜੀ ਫਿਰ ਹੁਕਮ ਕੌਣ ਭੇਜਦਾ ਪੰਜਾਬ ਚ ਤਾਂ ਪੰਜਾਬ ਦੀ ਸਰਕਾਰ ਹੈ ਬਿਲਕੁਲ ਤੇ ਪੰਜਾਬ ਸਰਕਾਰ ਦੇ ਮੁਖੀ ਭਗਵੰਤ ਮਾਨ ਨੇ ਤੇ ਭਗਵੰਤ ਮਾਨ ਦਾ ਕਹਿੰਦੇ ਪੰਜਾਬੀ ਚ ਕੰਮ ਹੋਊਗਾ ਬਿਲਕੁਲ ਤੇ ਜੇ ਮੁੱਖ ਮੰਤਰੀ ਸਾਹਿਬ ਕੰਮ ਕਰਾਉਂਦੇ ਨੇ ਮੁੱਖ ਮੰਤਰੀ ਸਾਹਿਬ ਹੁਕਮ ਸੁਣਾਉਂਦੇ ਨੇ ਮੁੱਖ ਮੰਤਰੀ ਸਾਹਿਬ ਤੇ ਰੱਦੋ ਬਦਲ ਹੁੰਦੀ ਆ ਫਿਰ ਤਾਂ ਭਾਈ ਪੰਜਾਬੀ ਚ ਹੋਣਾ ਚਾਹੀਦਾ ਸੀ ਆ ਤਾਜੀ ਚਿੱਠੀ ਵੀ ਅੰਗਰੇਜ਼ੀ ਚ ਆ ਬਿਲਕੁਲ ਉੱਪਰ ਲਿਖਿਆ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਪੰਜਾਬੀ ਚ ਉਹ ਤੋਂ ਥੱਲੇ ਸਾਰੀ ਅੰਗਰੇਜ਼ੀ ਆ ਵਿਭਾਗਾਂ ਦੇ ਨਾਮ ਵੀ ਹੈ ਮੰਤਰੀਆਂ ਦੇ ਨਾਮ ਵੀ ਦਸਕਤ ਵੀ ਸਾਰਾ ਕੁਝ ਅੰਗਰੇਜ਼ੀ ਚ ਆ ਫਿਰ ਕਿਹਦੇ ਹੁਕਮ ਨੇ ਭਾਈ ਦਸਕਤ ਕੌਣ ਕਰਦਾ ਸਵਾਲ ਬਿਲਕੁਲ ਇਹ ਤਾਂ ਸਰਕਾਰ ਨੂੰ ਕੰਟਰੋਲ ਕੋਈ ਹੋਰ ਕਰ ਰਿਹਾ ਫੇਰ ਆਜੋ ਹੁਣ ਮੀਥੇਰ ਵਾਲੇ ਮਾਮਲੇ ਤੇ ਜੀ ਮੀਥੇਰ ਹੋਰੀ ਪੰਜਾਬ ਦੇ ਇੱਕ ਨੌਜਵਾਨ ਐਮਐਲਏ ਜੀ ਸਮਝਦਾਰ ਐਮਐਲਏ ਹਮ ਸੂਝ ਰੱਖਣ ਵਾਲੇ ਕਹਿੰਦੇ ਸਿਆਣਪ ਵਾਲੇ ਠਰਮੇ ਵਾਲੇ ਲੀਡਰ ਵਜੋਂ ਜਾਣੇ ਜਾਂਦੇ ਨੇ ਦੂਜੀ ਵਾਰ ਜਿੱਤ ਕੇ ਆਏ ਜੀ ਐਮਐਲਏ ਬਣੇ ਤੇ ਮੰਤਰੀ ਬਣੇ ਸ਼ੁਰੂ ਚ ਇਹਨਾਂ ਕੋਲ ਸਿੱਖਿਆ ਵਿਭਾਗ ਵੀ ਸੀ ਜੀ ਸਿੱਖਿਆ ਵਿਭਾਗ ਕਹਿੰਦੇ ਇਹਨਾਂ ਨੇ ਆਪ کہہ ਕੇ ਛੱਡਿਆ ਹਮ ਉਹ ਚਰਚਾ ਬਾਹਰ ਆ ਗਈ ਕਿ ਇਹਨੇ ਆਪ ਸਿੱਖਿਆ ਵਿਭਾਗ ਕਹਿ ਕੇ ਛੱਡਿਆ ਤੇ ਮੁੱਖ ਮੰਤਰੀ ਸਾਹਿਬ ਨੂੰ ਵੀ ਕਹਿੰਦੇ ਲੱਗਿਆ ਕਿ ਹਾਂ ਕਾਰਨ ਬਰਨਾਲਾ ਬਠਿੰਡਾ ਹੈ ਸੰਗਰੂਰ ਇੱਕੋ ਵੈਲਟ ਜੀ ਤੇ ਕਹਿੰਦੇ ਜੇ ਉਧਰ ਹੀ ਸਿੱਖਿਆ ਵਿਭਾਗ ਹੋਇਆ ਉਧਰ ਹੀ ਮੁੱਖ ਮੰਤਰੀ ਉਹ ਧਰਨੇ ਸਾਰੇ ਉਧਰ ਨੂੰ ਹੀ ਲੱਗੇ ਜਾਣਗੇ ਕੇ ਇਸ ਲਈ ਥੋੜੇ ਜਿਹੇ ਧਰਨੇ ਇੱਧਰ ਨੂੰ ਕਰ ਦੋ ਸਿੱਖਿਆ ਮੰਤਰੀ ਹਰਜੋਤ ਵੈਸ ਨੂੰ ਨਾ ਧਰਜੋਤ ਵੈਸ ਦਿੱਲੀ ਦੇ ਨੇੜੇ ਵੀ ਮੰਨੇ ਜਾਂਦੇ ਨੇ ਤੇ ਕਹਿੰਦੇ ਅੱਧੇ ਧਰਨੇ ਸੰਗਰੂਰ ਕਿੰਨੀ ਚੱਲ ਜਾ ਕਰਨਗੇ ਉੱਤੇ ਆਨੰਦਪੁਰ ਸਾਹਿਬ ਰੋਪੜ ਕਿੰਨੀ ਚੱਲ ਜਾ ਕਰਨਗੇ ਚਲੋ ਹੁਣ ਇਹ ਸਭ ਦੇ ਦਰਮਿਆਨ ਉਹਨਾਂ ਤੋਂ ਸਿੱਖਿਆ ਇੱਕ ਚਰਚਾ ਪੰਜਾਬ ਚ ਇਹ ਵੀ ਆ ਜਤਿੰਦਰ ਜੀ ਕਿ ਜਿਹੜਾ ਸਿੱਖਿਆ ਮੰਤਰੀ ਬਣ ਜਵੇ ਜੀ ਉਹ ਦੁਬਾਰਾ ਨਹੀਂ ਜਿੱਤੇਗਾ ਪੁਰਾਣਾ ਰਿਕਾਰਡ ਕਹਿੰਦਾ ਕਿ ਜਿਹੜਾ ਜਿਹੜਾ ਹੁਣ ਤੱਕ ਸਿੱਖਿਆ ਮੰਤਰੀ ਰਿਹਾ ਜੀ ਉਹ ਦੁਬਾਰਾ ਐਮਐਲਏ ਵੀ ਨਹੀਂ ਬਣਿਆ ਹਮ ਪਰ ਇਹ ਜਿਹੜੀ ਇੱਕ ਰਵਾਇਤ ਬਣ ਗਈ ਸੀ ਜਾਂ ਇੱਕ ਧਾਰਨਾ ਬਣ ਗਈ ਸੀ ਉਹਨੂੰ ਪ੍ਰਗਟ ਸਿੰਘ ਨੇ ਤੋੜਤਾ ਪਿਛਲੀ ਵਾਰ ਜੀ ਪ੍ਰਗਟ ਸਿੰਘ ਸਿੱਖਿਆ ਮੰਤਰੀ ਵੀ ਜਿੱਤੇ ਵੀ ਗਏ ਬਿਲਕੁਲ ਪਰ ਤਾਂ ਵੀ ਕਹਿੰਦੇ ਕਿ ਮੀਤਿਆਰ ਨੇ ਕਿਹਾ ਕਿ ਜੀ ਮੇਤੋ ਵਿਭਾਗ ਵਾਪਸ ਲੈ ਲਓ ਮੈਂ ਨਹੀਂ ਕੰਮ ਕਰਨਾ ਜਾਂ ਇਹ ਵਿਭਾਗ ਤੋਂ ਤੇ ਉਹਨਾਂ ਨੂੰ ਮਾਈਨਿੰਗ ਵਰਗਾ ਵਿਭਾਗ ਜੀ ਸਾਇੰਸ ਟੈਕਨੋਲੋਜੀ ਵਿਭਾਗ ਖੇਡ ਵਿਭਾਗ ਵਾਟਰ ਰਿਸੋਰਸਸ ਵਿਭਾਗ ਵਾਤਾਵਰਨ ਵਿਭਾਗ ਇਹ ਜੇ ਵਿਭਾਗ ਨਾਂ ਨਵਾਜਾ ਵਾ ਤੇ ਇਹਨਾਂ ਸਾਰਿਆਂ ਚ ਚਰਚਤ ਵਿਭਾਗ ਮਾਈਨਿੰਗਾ ਬਿਲਕੁਲ ਤੇ ਮਾਈਨਿੰਗ ਜੇ ਮੀਥੇਅਰ ਕੋਲਾ ਤਾਂ ਇਹਦਾ ਮਤਲਬ ਕੀ ਸਰਕਾਰ ਨੇ ਇਸ ਲਈ ਵਾਪਸ ਲਿਆ ਕਿ ਮੀਥੇਅਰ ਸਰਕਾਰ ਦੇ ਏਜੰਡੇ ਤੇ ਖਰੇ ਨਹੀਂ ਉਤਰੇ ਸਰਕਾਰ ਦੇ ਟੀਚਿਆਂ ਦੇ ਖਰੇ ਨਹੀਂ ਉਤਰੇ ਜੀ ਜਾਂ ਪਾਰਟੀ ਦੇ ਵੀ ਕੋਈ ਟੀਚੇ ਜਿਹੜੇ ਵਿਰੋਧੀ ਕਹਿੰਦੇ ਨੇ ਅਕਾਲੀ ਦਲ ਕਹਿੰਦਾ ਜੀ ਮਾਈਨਿੰਗ ਚੋਂ ਪੈਸਾ ਬਹੁਤ ਕਮਾ ਰਹੀ ਹੈ ਜੀ ਸਰਕਾਰ ਇਹ ਜਦੋਂ ਪੈਸਾ ਆਉਂਦਾ ਜੀ ਨਵਜੋ ਸਿੰਘੂ ਵੀ ਕਹਿੰਦਾ ਜੀ ਇੰਨੇ ਦਾ ਕਪੜਾ ਇੰਨੇ ਕਰੋੜ ਕਮਾ ਲਿਆ ਕਾਂਗਰਸੀ ਵੀ ਕਹੀ ਜਾਂਦੇ ਆ ਅਕਾਲੀ ਵੀ ਕਹੀ ਜਾਂਦੇ ਆ ਬੀਜੇਪੀ ਵਾਲੇ ਵੀ ਕਹੀ ਜਾਂਦੇ ਆ ਇਹਦਾ ਮਤਲਬ ਜਦੋਂ ਥੋੜੀਆਂ ਸਰਕਾਰਾਂ ਨੇ ਤੁਸੀਂ ਪੈਸੇ ਕਮਾਏ ਨਾ ਫਿਰ ਬਿਲਕੁਲ ਤਾਂ ਹੀ ਤੁਹਾਨੂੰ ਪਤਾ ਮਤਲਬ ਨਹੀਂ ਤੁਹਾਨੂੰ ਕੀ ਪਤਾ ਕਿ ਆ ਮੁਰਗੀ ਨੇ ਦੋ ਵਾਰ ਕੁੜਕੜ ਕੀਤਾ ਜੀ ਉਹਦਾ ਲਿਕਾੰਡਾ ਪੱਕਾ ਬਿਲਕੁਲ ਤੇ ਜੇ ਤੁਸੀਂ ਪਹਿਲਾਂ ਮੁਰਗੀ ਪਾਲੀ ਹੋਈ ਆ ਤੁਹਾਨੂੰ ਰੱਖੀ ਵੀ ਆ ਤੁਸੀਂ ਅੰਡੇ ਚੁਗੇ ਹੋਏ ਨੇ ਤਾਂ ਤੁਹਾਨੂੰ ਪਤਾ ਨਾ ਤੋ ਇਹਦਾ ਮਤਲਬ ਅਕਾਲੀ ਗੰਗਸੇ ਨੂੰ ਤਾਂ ਪਤਾ ਕਿ ਮੈਨੀ ਜੋ ਪੈਸਾ ਹੁੰਦਾ ਕਿਉਂਕਿ ਉਹਨਾਂ ਨੇ ਪਹਿਲਾਂ ਕਪੜੇ ਕੀਤੇ ਆ ਇਹਦਾ ਮਤਲਬ ਤੇ ਇਧਰ ਸਰਕਾਰ ਦਾ ਟੀਚਾ ਸੀ ਕਿ ਲੋਕਾਂ ਨੂੰ ਰੇਤ ਅਸੀਂ 10 ਰੁਪਏ ਫੁੱਟ ਦੇ ਹਿਸਾਬ ਨਾਲ ਵੀ ਦੇ ਦੇਣਾ ਸਸਤਾ ਦੇ ਦੇਣਾ ਤੇ ਅਸੀਂ ਜੀ ਕਹਿੰਦੇ ਖਜ਼ਾਨਾ ਵੀ ਭਰ ਦੇਣਾ ਹੁਣ ਨਾ ਤਾਂ ਲੋਕਾਂ ਨੂੰ ਰੇਤ ਸਸਤਾ ਮਿਲ ਰਿਆ ਜੀ ਨਾ ਸਰਕਾਰ ਦਾ ਖਜ਼ਾਨਾ ਭਰ ਰਿਆ ਇਧਰ ਸ਼ਿਕਾਇਤਾਂ ਖੂਬ ਕਦੇ ਐਸਐਸਪੀ ਤਲਬ ਹੋ ਜਾਂਦਾ ਅਦਾਲਤ 'ਚ ਕਿ ਭਾਈ 10 ਤੂੰ ਮਾਈਨਿੰਗ ਕਰਾ ਰਿਆ ਪੁਲਿਸ ਮਿਲ ਕੇ ਕਰਾਉਂਦੀ ਆ ਹੂੰ ਕਦੇ ਜੀਜੇ ਫਸ ਜਾਂਦੇ ਨੇ ਕਿ ਹਾਂ ਐਮਐਲਏ ਦੇ ਜੀਜੇ ਜੀ ਆ ਮੈਂ ਨਹੀਂ ਕਰਦੇ ਨੇ ਚੱਕ ਲੋ ਜੀ ਸਾਰਿਆਂ ਨੂੰ ਫਿਰ ਪੁਲਿਸ ਨੂੰ ਬਦਲਦੇ ਫਿਰਦੇ ਨੇ ਜੀ ਕਦੇ ਫੌਜ ਪਹੁੰਚ ਜਾਂਦੀ ਹੈ ਸ਼ਿਕਾਇਤ ਲੈ ਕੇ ਕਿ ਜੀ ਬਾਰਡਰ ਤਾਂ ਇਹਨਾਂ ਨੇ ਨਦੀਆਂ ਬਣਾਤੇ ਬਿਲਕੁਲ ਬਾਰਡਰ ਤਾਂ ਪੱਟ-ਪੱਟ ਕੇ ਬੁਰਾ ਹਾਲ ਕਰਤਾ ਉੱਥੇ ਤਾਂ ਮਤਲਬ ਸੁਰੰਗਾਂ ਪੁੱਟਤੀਆਂ ਜੇਕਰ ਨੂੰ ਸਾਨੂੰ ਟੈਂਕ ਲੰਗਾਉਣਾ ਪਏ ਜੇ ਸਾਡੀ ਗੱਡੀ ਨਹੀਂ ਜਾਣੀ ਟੈਂਕ ਦਾ ਦੂਰ ਦੀ ਗੱਲਾਂ ਨੇ ਇਹਨਾਂ ਨੇ ਤਾਂ ਆਹ ਹੱਲ ਕੀਤਾ ਪਿਆ ਮੈਂ ਨਹੀਂ ਗਾਲਿਆ ਨੇ ਸੋ ਇਹ ਸਾਰੀਆਂ ਸ਼ਿਕਾਇਤਾਂ ਤੇ ਤੀਸਰਾ ਫਿਰ ਦੋਸ਼ ਪੈਸਿਆਂ ਦਾ ਵੀ ਜੀ ਫਿਰ ਰੋਸ਼ਮਜਾਰੇ ਵੀ ਬੀਬੀਆਂ ਤੱਕ ਕਿੰਨਾਂ ਟੈਂਕਰ ਚ ਘੇਰ ਲੈਂਦੀਆਂ ਨੇ ਇਹਨਾਂ ਦੇ ਰੇਤ ਵਾਲੇ ਜੀ ਇਹਨਾਂ ਨੂੰ ਲੱਗੀਆਂ ਹੁੰਦਾ ਕਿ ਆ ਕੀ ਹੋ ਰਿਹਾ ਸਾਡਾ ਸੋ ਇਹ ਸਾਰੇ ਵਰਤਾਰੇ ਚ ਵਿਰੋਧੀ ਤੇ ਰੋਲਾ ਪਾਉਂਦੀ ਹੈ ਕਿ ਜੀ ਪੈਸਾ ਹੋ ਮੀ ਆਉਂਦਾ ਪੈਸਾ ਸਿੱਧਾ ਸ਼ੰਭੂ ਬਾਡਰ ਟੱਪ ਕੇ ਜਾ ਰਿਹਾ ਜੀ ਤੋ ਕੀ ਮੀਥੇਰ ਪਾਰਟੀ ਦੇ ਏਜੰਡੇ ਤੇ ਨਹੀਂ ਪੂਰਾ ਉਤਰਿਆ ਜੇ ਪਾਰਟੀ ਨੇ ਕੋਈ ਟੀਚਾ ਰੱਖਿਆ ਕਿ ਇੰਨਾ ਕਮਾਉਣਾ ਕੀ ਉਹ ਕਮਾਈ ਨਹੀਂ ਪੂਰੀ ਕਰਕੇ ਦੇ ਰਹਾ ਮੀਥੇਰ ਜਾਂ ਜਿਹੜਾ ਸੱਚਮੁੱਚ ਖਜ਼ਾਨਾ ਭਰਨ ਦਾ ਟੀਚਾ ਸੀ ਉਹ ਨਹੀਂ ਪੂਰਾ ਹੋ ਰਿਹਾ ਜੀ ਇਸ ਲਈ ਉਹ ਤੋਂ ਮਾਈਨਿੰਗ ਵਿਭਾਗ ਵਾਪਸ ਲਿਆ ਜਾਂ ਮੀਥੇਰ ਕੇਜਰੀਵਾਲ ਦੇ ਵੀ ਖਾਸਮ ਖਾਸ ਨੇ ਜੀ ਮੀਥੇਰ ਭਗਵੰਤ ਮਾਨ ਦੇ ਵੀ ਖਾਸਮ ਖਾਸ ਨੇ ਪਰੋਸੇ ਯੋਗ ਨੇ ਕੀ ਮੀਥੇਰ ਨੂੰ ਰਾਹਤ ਦਿੱਤੀ ਆ ਕਿ ਤੂੰ ਭਾਈ ਬਦਨਾਮੀ ਨਾ ਖੱਟ ਤੂੰ ਆਪਣਾ ਮੌਜ ਨਾਲ ਮੰਤਰੀ ਰਹਿ ਜੀ ਆ ਛੱਡ ਇਹ ਜੇ ਪੰਗੇ ਵਾਲਾ ਵਿਭਾਗ ਜੇ ਉਹ ਤੋਂ ਮੈਨਿਕ ਵਾਲਾ ਵਿਭਾਗ ਪੰਗੇ ਵਾਲਾ ਲਿਆ ਤਾਂ ਵਾਤਾਵਰਨ ਵੀ ਅੱਜ ਕੱਲ ਉਹਨਾਂ ਹੀ ਆ ਜੀ ਅਪਰਾਲੀ ਵਾਲਾ ਮਸਲਾ ਫਿਰ ਉਹਦੇ ਹੀ ਖੇਤਰ ਚ ਆਉਂਦਾ ਸੋ ਇਸ ਲਈ ਇਹ ਵੀ ਮੰਨਿਆ ਜਾ ਰਿਹਾ ਕਿ ਮੀਥੇਰ ਨੂੰ ਰਾਹਤ ਦਿੱਤੀ ਆ ਜੇ ਸਿੱਖਿਆ ਵਿਭਾਗ ਕਹਿ ਕੇ ਛੱਡਿਆ ਖਬਰ ਹੁਣ ਵੀ ਕਹਿ ਕੇ ਕਿਉਂਕਿ ਉਹਨਾਂ ਬਾਰੇ ਵੀ ਮੰਨਿਆ ਜਾਂਦਾ ਕਿ ਉਹ ਬੇਦਾਗ ਨੇ ਜੀ ਉਹ ਕਿਸੇ ਮਸਲੇ ਵਿਵਾਦ ਚ ਨਹੀਂ ਪੈਣਾ ਚਾਹੁੰਦੇ ਉਹ ਚੁੱਪਚਾਪ ਕੰਮ ਕਰਨਾ ਚਾਹੁੰਦੇ ਨੇ ਤੇ ਹੁਣ ਉਹਨਾਂ ਨੂੰ ਜਿਹੜਾ ਵਿਭਾਗ ਦਿੱਤਾ ਉਹਨਾਂ ਦਾ ਪਸੰਦਾ ਵਿਭਾਗ ਹੈ ਉਹ ਜੀ ਖੇਡ ਵੀ ਤੇ ਯੂਥ ਵੀ ਬਿਲਕੁਲ ਮਤਲਬ ਨੌਜਵਾਨਾਂ ਦਾ ਭਲਾਈ ਵਿਭਾਗ ਬੇਸ਼ੱਕ ਉਹ ਵਿਭਾਗ ਅੱਜਕੱਲ ਮਤਲਬ ਵਿਚਾਰਾਦਮ ਹੋਇਆ ਪਿਆ ਉਸ ਨੂੰ ਦੁਬਾਰਾ ਸੁਰਜੀਤ ਕਰਨ ਦੀ ਲੋੜ ਹੈ ਪਰ ਜਿਹੜਾ ਖੇਡ ਵਿਭਾਗ ਹੈ ਉਸ ਦੀ ਕਾਫੀ ਅੱਜਕਲ ਚਰਚਾ ਹੁੰਦੀ ਹੈ ਉਹਦੇ ਵਿੱਚ ਕਾਫੀ ਸਰਗਰਮੀਆਂ ਨਜ਼ਰ ਆਉਂਦੀਆਂ ਨੇ ਸੋ ਇਸ ਲਈ ਇਹ ਰਾਹਤ ਹੈ ਜਾਂ ਉਹਨਾਂ ਦੇ ਪਰ ਉਤਰੇ ਨੇ ਇਹ ਤਾਂ ਸਭ ਜਾਣਦੇ ਨੇ ਪਰ ਜੋੜੇ ਮਾਜਰਾ ਨੂੰ ਮੁੱਖ ਮੰਤਰੀ ਸਾਹਿਬ ਤੋਂ ਬਾਅਦ ਸਭ ਤੋਂ ਵੱਧ ਵਿਭਾਗ ਮਿਲ ਗਏ। ਮੀਥੇਰ ਵਾਲੇ ਵਿਭਾਗ ਵੀ ਇਹਨਾਂ ਕੋਲ ਆ ਗਏ ਹੁਣ। ਬਿਲਕੁਲ। ਦੋ ਵਿਭਾਗ ਖੁਦ ਮੁੱਖ ਮੰਤਰੀ ਸਾਇੰਸ ਤੇ ਟੈਕਨੋਲੋਜੀ ਤੇ ਨਾਲ ਵਾਤਾਵਰਣੇ ਮੁੱਖ ਮੰਤਰੀ ਸਾਹਿਬ ਨੇ ਆਪਣੇ ਕੋਲ ਰੱਖ ਲਿਆ। ਵਾਟਰ ਰਿਸੋਰਸਿਜ਼ ਤੇ ਫਿਰ ਆ ਮਾਈਨਿੰਗ ਹੈ ਨਾ ਇਦਾਂ ਦੇ ਸਾਰੇ ਵਿਭਾਗ ਹੁਣ ਚਲੇ ਗਏ ਜੋੜੇ ਮਾਜਰਾ ਕੋ। ਜੋੜੇ ਮਾਜਰਾ ਨੂੰ ਕੋ ਸੱਤ ਵਿਭਾਗ ਹੋ ਗਏ। ਜੀ। 11 ਵਿਭਾਗ ਮੁੱਖ ਮੰਤਰੀ ਸਾਹਿਬ ਕੋਲ। ਹੂੰ। ਕੀ ਇਹ ਪਟਿਆਲਾ ਜ਼ਿਲ੍ਹੇ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ? ਪਟਿਆਲਾ ਲੋਕ ਸਭਾ ਸੀਟ ਨੂੰ ਮਜ਼ਬੂਤ ਕੀਤਾ ਜਾ ਰਿਹਾ ਜੀ ਇਹ ਜੋੜੇ ਮਾਜਰਾ ਰਾਹੀਂ ਖੁਸ਼ ਕੀਤਾ ਜਾ ਰਿਹਾ ਕਿ ਸਿੱਖਿਆ ਮੰਤਰੀ ਵੀ ਉੱਥੋਂ ਆਪਣਾ ਸਿਹਤ ਮੰਤਰੀ ਵੀ ਉਧਰੋਂ ਬਲਬੀਰ ਸਿੰਘ ਵੀ ਜੋੜੇ ਮਾਜਰਾ ਵੀ ਉਧਰੋਂ ਸੋ ਪਟਿਆਲੇ ਨੂੰ ਮਜ਼ਬੂਤ ਕਰਕੇ ਜਿਹੜੀ ਚਰਚਾ ਚੱਲਦੀ ਹੈ ਕਿ ਪਹਿਲਾਂ ਚਰਚਾ ਚੱਲਦੀ ਸੀ ਕਿ ਜੀ ਜਿਹੜੇ ਇਹਨਾਂ ਦੇ ਬਲਤੇਜ ਪੰਨੂ ਹੋਰੀ ਸਲਾਹਕਰ ਨੇ ਉਹਨਾਂ ਨੂੰ ਐਮਪੀ ਦੀ ਟਿਕਟ ਦੇਣੀ ਆ ਹੁਣ ਕਹਿੰਦੇ ਨਹੀਂ ਜੀ ਮੁੱਖ ਮੰਤਰੀ ਸਾਹਿਬ ਦੀ ਧਰਮ ਪਤਨੀ ਡਾਕਟਰ ਗੁਰਪ੍ਰੀਤ ਨੂੰ ਟਿਕਟ ਮਿਲ ਸਕਦੀ ਹੈ ਕਿ ਇਸ ਲਈ ਵਿਭਾਗ ਉਧਰ ਵੰਡੇਗੇ ਨਹੀਂ ਇਹ ਵੀ ਚਰਚਾ ਹੈ ਸੂਏ ਸਾਰੇ ਪਹਿਲੂਆਂ ਦੀ ਚਰਚਾ ਹੋਵਾਂ ਨੇ ਪਰ ਚਰਚਾ ਦੇ ਵਿੱਚ ਆਹ ਅਹਿਮ ਪਹਿਲੂ ਹੈ ਕਿ ਸਰਕਾਰ ਦੇ ਅੰਦਰ ਸਭ ਕੁਝ ਠੀਕ ਨਹੀਂ ਇਹਨਾਂ ਤੋਂ ਪੌਣੇ 2 ਸਾਲਾਂ ਚ ਵਿਭਾਗ ਨਹੀਂ ਸੈੱਟ ਹੋ ਰਹੇ ਮੰਤਰੀ ਨਹੀਂ ਸੈੱਟ ਹੋ ਰਹੇ ਉਹਦੇ ਅੰਦਰ ਆਪਣਾ ਕੀ ਠੀਕ ਹੈ ਵੱਡਾ ਸਵਾਲ ਹੈ ਬਿਲਕੁਲ ਜੀ ਦੀਪ ਜੀ ਸਰਕਾਰ ਦੀ ਗੱਲਬਾਤ ਆਪਾਂ ਕਰ ਰਹੇ ਹਾਂ ਤਾਂ ਨੈਸ਼ਨਲ ਹਾਈਵੇ ਗਨਾ ਕਿਸਾਨਾਂ ਦੇ ਵੱਲੋਂ ਜਾਮ ਕੀਤਾ ਗਿਆ ਆਪਣੀਆਂ ਮੰਗਾਂ ਨੂੰ ਲੈ ਕੇ ਕੱਲ ਉਹਨਾਂ ਨੇ ਧਰਨਾ ਲਾਇਆ ਸੀ ਤੇ ਅੱਜ ਦੂਜੇ ਦਿਨ ਦੇ ਵਿੱਚ ਧਰਨਾ ਤਬਦੀਲ ਹੋ ਗਿਆ ਉਹ ਆਵਾਜਾਈ ਰੋਕੇ ਬੈਠੇ ਨੇ ਕਹਿੰਦੇ ਕਿ ਲੋਕਾਂ ਨੂੰ ਵੀ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਧਰਨੇ ਦੇ ਵਿਚਾਰੇ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਟਵੀਟ ਦੇ ਰਾਹੀਂ ਇੱਕ ਬਿਆਨ ਕੀਤਾ ਜਾਂਦਾ ਹੈ ਕਿ ਤੁਸੀਂ ਸੜਕਾਂ ਰੋਕੇ ਬੈਠ ਜਾਣਿਓ ਆਪਣੀਆਂ ਮੰਗਾਂ ਨੂੰ ਲੈ ਕੇ ਗੱਲਬਾਤ ਕਰਨ ਦੇ ਲਈ ਹੋਰ ਵੀ ਜਗਾਵਾਂ ਨੇ ਮੇਰਾ ਘਰ ਵੀ ਐ ਨਾ ਕਿ ਸੜਕਾਂ ਤੇ ਕਿਵੇਂ ਵੇਖਦੇ ਹੋ ਤੇ ਹੁਣ ਸੀਐਮ ਭਗਵੰਤ ਮਾਨ ਦੇ ਵੱਲੋਂ ਜੋ ట్ਵੀਟ ਕੀਤਾ ਗਿਆ ਤੇ ਕਿਸਾਨ ਵੀ ਅਗਰੈਸਿਵ ਹੋ ਗਏ ਨੇ ਦੇਖਿਓ ਜਸਿੰਦਰ ਜੀ ਤਰਨਿਆਂ ਤੋਂ ਲੋਕ ਔਖੇ ਨੇ ਜੀ ਕੋਈ ਦੋ ਰਾਏ ਨਹੀਂ ਹੂੰ ਲੋਕਾਂ ਨੂੰ ਆਪਣਾ ਰੋਸ ਪ੍ਰਗਟਾਉਣ ਦਾ ਵੀ ਅਧਿਕਾਰ ਹੈ ਤੇ ਕਿਸਾਨਾਂ ਨੂੰ ਆਪਣਾ ਧਰਨਾ ਲਾਉਣ ਦਾ ਵੀ ਅਧਿਕਾਰ ਹੈ ਬਿਲਕੁਲ ਜਿਹਨੂੰ ਮੁਸ਼ਕਲ ਆਊਗੀ ਉਹ ਉਹਦੇ ਹੱਲ ਲਈ ਕੋਈ ਵੀ ਹਿੱਲਾ ਆਪਣਾਊਗਾ ਜੀ ਉਰੇ ਇਹ ਇਹ ਪੰਜਾਬ ਦੀ ਜਾਂ ਦੇਸ਼ ਦੀ ਜਾਂ ਸਾਡੇ ਸਰਕਾਰਾਂ ਦੀ ਨਲਾਇਕੀ ਹੈ ਕਿ ਲੋਕਾਂ ਨੂੰ ਸੜਕਾਂ ਤੇ ਆ ਕੇ ਧਰਨਾ ਲਾਉਣਾ ਪੈਂਦਾ ਜੀ ਇਹ ਉਹਨਾਂ ਨੂੰ ਸ਼ੌਂਕ ਨਹੀਂ ਹੈ ਪਰ ਮੁੱਖ ਮੰਤਰੀ ਸਾਹਿਬ ਦੀ ਭੂਮਿਕਾ ਇਹ ਹੋਣੀ ਚਾਹੀਦੀ ਹੈ ਕਿ ਉਹ ਇਹ ਜਾ ਟਵੀਟ ਕਰਨ ਧਮਕੀ ਭਰਿਆ ਟਵੀਟ ਹੈ ਜੀ ਆ ਮੈਂ ਅੱਖਰ ਅੱਖਰ ਪੜ੍ਹਦੇ ਨਾਲ ਉਹ ਕਹਿੰਦੇ ਜੀ ਮੇਰੀ ਕਿਸਾਨ ਜੀ ਉਹਨਾਂ ਨੂੰ ਬੇਨਤੀ ਹੈ ਕਿ ਹਰ ਗੱਲ ਉੱਤੇ ਸੜਕਾਂ ਰੋਕ ਕੇ ਆਮ ਲੋਕਾਂ ਨੂੰ ਆਪਣੇ ਵਿਰੁੱਧ ਨਾ ਕਰੋ ਮਤਲਬ ਤੁਸੀਂ ਲੋਕਾਂ ਨੂੰ ਭੁਗਾਰ ਰਹੇ ਹੋ ਜੀ ਸਰਕਾਰ ਨਾਲ ਗੱਲ ਕਰਨ ਲਈ ਚੰਡੀਗੜ੍ਹ ਦਾ ਪੰਜਾਬ ਭਵਨ ਸੈਕਟਰੀਏਟ ਖੇਤੀਬਾੜੀ ਮੰਤਰੀ ਦਾ ਦਫ਼ਤਰ ਅਤੇ ਮੇਰਾ ਦਫ਼ਤਰ ਤੇ ਘਰ ਹੈ ਨਾ ਕਿ ਸੜਕਾਂ ਜੇ ਇਹੀ ਰਵਈਆ ਰਿਹਾ ਤਾਂ ਉਹ ਦਿਨ ਦੂਰ ਨਹੀਂ ਜਦੋਂ ਤੁਹਾਨੂੰ ਧਰਨੇ ਵਾਸਤੇ ਬੰਦੇ ਨਹੀਂ ਲੱਭਣੇ ਲੋਕਾਂ ਦੀਆਂ ਭਾਵਨਾਵਾਂ ਸਮਝੋ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਜੀ ਮਾਨ ਸਾਹਿਬ ਨੂੰ ਪੁੱਛੋ ਕਿ ਜਦੋਂ ਕਿਸਾਨਾਂ ਨੇ ਧਰਨਾ ਦਿੱਲੀ ਲਾਇਆ ਸੀ ਜੀ ਤਦ ਵੀ ਸੜਕੇ ਰੋਕੀ ਸੀ ਬਿਲਕੁਲ ਥੋਡੀ ਪਾਰਟੀ ਉੱਥੇ ਕੀ ਕਰਨ ਜਾਂਦੀ ਸੀ ਤੁਸੀਂ ਕੀ ਕਰਨ ਜਾਂਦੇ ਸੀ ਹੂੰ ਤੁਹਾਨੂੰ ਤਾਂ ਫਿਰ ਭਾਜਪਾ ਨਾਲ ਬੈਠਣਾ ਚਾਹੀਦਾ ਹੁੰਦਾ ਕਿ ਸਾਡਾ ਖਾਲੀ ਕਰੋ ਤੁਸੀਂ ਤਾਂ ਉੱਥੇ ਕੇਜਰੀਵਾਲ ਨੂੰ ਕਿਹਦੇ ਨਾਲ ਜਿਹੜੇ ਆ ਕੇ ਬਿਠਾਉਂਦੇ ਸੀ ਕੀ ਕਰਨ ਆਉਂਦੇ ਸੀ ਉੱਥੇ ਕਿਉਂ ਸਮਰਥਨ ਦੇਣ ਆਉਂਦੇ ਸੀ ਤੁਹਾਡੇ ਜਿਹੜੇ ਅੱਜ ਐਮਐਲਏ ਬਣੇਵੇਂ ਨੇ ਉੱਥੇ ਬੁਰਸ਼ ਡੱਬਿਆਂ 'ਚ ਚੱਕ ਚੱਕ ਕੇ ਫੜਾਉਣ ਜਾਂਦੇ ਸੀ ਕਿਸਾਨਾਂ ਨੂੰ ਸਵੇਰ ਨੂੰ ਪੇਸਟ ਬਣਦੇ ਸੀ ਰਸ ਲੈ ਕੇ ਖੜਦੇ ਸੀ ਤੁਹਾਡੀ ਦਿੱਲੀ ਦੀ ਆਮ ਆਦਮੀ ਪਾਰਟੀ ਨੇ ਚਾਚਾ ਬੈਨਰ ਲਾ ਕੇ ਲੰਗਰ ਲਾਇਆ ਸੀ ਆਪਣਾ ਕਿਉਂ ਲਾਇਆ ਸੀ ਤੇ ਤੁਸੀਂ ਬੋਲੋਗੇ ਜਿਹੜੀ ਪਾਰਟੀ ਆਪ ਧਰਨੇਆਂ ਚ ਜੰਮੀ ਆ ਜੀ ਉਹ ਸਵਾਲ ਕਰੂਗੀ ਧਰਨੇਆਂ ਤੇ ਇਹ ਆਪਣੇ ਆਪ ਚ ਹਾਥੀ ਦੇ ਦੰਦ ਖਾਣ ਦੇ ਹੋਰ ਤੇ ਦਿਖਾਉਣ ਦੇ ਹੋਰ ਜੀ ਜਦੋਂ ਤੁਸੀਂ ਸਰਕਾਰ ਚ ਨਹੀਂ ਸੀ ਤਾਂ ਤੁਸੀਂ ਇਹਨਾਂ ਸਾਰਿਆਂ ਦੇ ਸਮਰਥਨ ਸੀ ਅੱਜ ਤੁਹਾਡੇ ਕੋਲ ਸਰਕਾਰ ਹੈ ਡੰਡਾ ਹੈ ਪੁਲਿਸ ਹੈ ਤਾਂ ਤੁਸੀਂ ਲੋਕਾਂ ਨੂੰ ਵੀ ਭੜਕਾ ਰਹੇ ਹੋ ਸਰਕਾਰਾਂ ਦਾ ਕੰਮ ਹੈ ਲੋਕਾਂ ਨੂੰ ਭੜਕਾਉਣਾ ਤੁਸੀਂ ਉੱਤੇ ਟਕਰਾ ਚਾਹੁੰਦੇ ਹੋ ਤੁਸੀਂ ਮਸਲੇ ਦਾ ਹੱਲ ਨਹੀਂ ਚਾਹੁੰਦੇ ਬਿਲਕੁਲ ਤੇ ਜੇ ਇਹੀ ਗੱਲ ਹੈ ਤਾਂ ਫਿਰ ਮੁੱਖ ਮੰਤਰੀ ਸਾਹਿਬ ਨੇ ਕਮਾਲ ਦਾ ਸੱਦਾ ਦਿੱਤਾ ਜੀ ਉਹਨਾਂ ਨੇ ਦਰਿਆ ਦੇ ਲਈ ਦਿਖਾਈ ਹੈ ਕਿ ਭਾਈ ਮੇਰੇ ਘਰੇ ਆ ਜੋ ਮੇਰੇ ਦਫਤਰ ਆਜੋ ਮੇਰੇ ਖੇਤੀਬਾੜੀ ਮੰਤਰੀ ਦੇ ਘਰੇ ਆਜੋ ਹੈਨਾ ਪੰਜਾਬ ਭਵਨ ਆਜੋ ਜਨਾਬ ਤੁਸੀਂ ਮਹਾਲੀ ਜੀ ਤਾਂ ਬੜ ਨਹੀਂ ਦਿੰਦੇ ਕਿਸੇ ਧਰਨੇ ਵਾਲੇ ਨੂੰ ਬਿਲਕੁਲ ਤੁਸੀਂ ਤੁਹਾਡੇ ਘਰੇ ਜਾਂਦੇ ਨੇ ਸੰਗਨੂਰ ਜੀ ਅਪੰਗ ਚਲੇ ਜਾਣ ਬੇਰੁਜ਼ਗਾਰ ਚਲੇ ਜਾਣ ਕੱਚੇ ਚਲੇ ਜਾਣ ਪੱਕੇ ਚਲੇ ਜਾਣ ਪੁਲਿਸ ਡਾਂਗਾ ਫੇਰਦੀ ਆ ਜੀ ਚੁੰਨੀਆਂ ਲਾਉਂਦੀਆਂ ਤਿਆਂ ਦੀਆਂ ਪੁੱਤਾਂ ਦੀਆਂ ਪੱਗਾਂ ਰੁੜਦੀਆਂ ਤੇ ਤੁਸੀਂ ਕਹਿੰਦੇ ਮੇਰਾ ਘਰ ਖੁੱਲਾ ਤੇ ਜੇ ਘਰ ਖੁੱਲਾ ਹੁੰਦਾ ਤੁਸੀਂ ਘਰੋਂ ਬਾਹਰ ਆ ਕੇ ਗੱਲ ਕਰ ਲੈਂਦੇ ਹੁਣ ਤੱਕ ਤਾਂ ਬਿਲਕੁਲ ਕਿੰਨੇ ਕਿ ਰੋਸ਼ ਪ੍ਰਕਟਾਉਣ ਆਈਆਂ ਜਥੇਬੰਦੀਆਂ ਨਾਲ ਮੁੱਖ ਮੰਤਰੀ ਸਾਹਿਬ ਨੇ ਬੁਗਾ ਖੋਲ ਕੇ ਗੱਲ ਕੀਤੀ ਮੈਨੂੰ ਦੱਸ ਦੋ ਪੌਣੇ ਦੋ ਸਾਲਾਂ ਚ ਕਿ ਕਦੇ ਬਾਹਰ ਆ ਕੇ ਗੱਲ ਕੀਤੀ ਹੋਵੇ ਕਦੇ ਕਿਹਾ ਹੋਵੇ ਕਿ ਇਹਨਾਂ ਨੂੰ ਕੁਛ ਨਾ ਕਿਹਾ ਮੈਂ ਆ ਰਿਆਂ ਬਿਠਾਓ ਇਹਨਾਂ ਨੂੰ ਡ੍ਰੈੰਗ ਰੂਮ ਤਾਂ ਖਾਤੇ ਬੜੇ ਨੇ ਹੁਣ ਤਾਂ ਤੁਹਾਡੇ ਜੀ ਖੋਲੋ ਕਦੇ ਨਹੀਂ ਡ੍ਰੈੰਗ ਰੂਮ ਸੋ ਇਸ ਲਈ ਇਹ ਬਿਲਕੁਲ ਨਿਰਾ ਝੂਠ ਹੈ ਜੀ ਇਹ ਡਰਾਮਾ ਹੈ ਔਰ ਕਿਸਾਨ ਜਥੇਬੰਦੀਆਂ ਦੇ ਨਾਲ ਸਰਕਾਰ ਨੇ ਗੱਲ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਉਹਨਾਂ ਨੂੰ ਝੂਠੇ ਲਾਰੇ ਲਾਉਣ ਦੀ ਕੋਸ਼ਿਸ਼ ਹੈ ਜੀ ਸੋ ਇਹ ਇਸ ਲਈ ਕਿੰਨੀ ਦੇਰ ਤੋਂ ਲਟਕਦਾ ਹੈ ਮਾਮਲਾ ਗੰਨਾ ਕਿਸਾਨਾਂ ਦੇ ਮਾਮਲੇ ਪਿਛਲੀਆਂ ਬਾਦਲਾਂ ਤੋਂ ਲੈ ਕੇ ਕੱਟੜ ਸਰਕਾਰ ਤੱਕ ਲਟਕਦੇ ਰਹੇ ਨੇ ਜੀ ਪ੍ਰਾਣੀ ਅਦੇਗੀ ਮਸਾ ਹੁੰਦੀ ਜਾਂ ਨੂੰ ਨਵੀਂ ਅਦੇਗੀ ਖੜੀ ਹੋ ਜਾਂਦੀ ਹੈ ਕਿ ਨਾ ਤਾਂ ਛੇ ਸਾਲ ਬਾਅਦ ਆ ਜਾਣਾ ਨਾ ਦੁਬਾਰਾ ਫਸਲ ਤਾਂ ਆ ਜਾਣੀ ਹੈ ਤੇ ਉਹ ਬਕਾਇਆ ਕਦੇ ਕਹਿੰਦੇ ਜੀ ਆ ਫੈਕਟਰੀ ਵੇਚ ਕੇ ਦੇ ਦਾਂਗੇ ਜੀ ਮਿਲ ਵੇਚ ਕੇ ਦੇ ਦਾਂਗੇ ਜੀ ਇਹਦੀ ਜ਼ਮੀਨ ਚੋਂ ਦੇ ਦਾਂਗੇ ਜੀ ਉਹ ਬਕਾਇਆ ੜੇ ਰਹਿੰਦੇ ਨੇ ਤੇ ਜਦੋਂ ਬਕਾਇਆ ਨਹੀਂ ਮਿਲਦੇ ਫਿਰ ਉਹ ਰੋਸ ਕਰਦੇ ਨੇ ਤੇ ਜਦੋਂ ਅਕਾਲੀਆਂ ਔਰ ਕਾਂਗਰਸੀਆਂ ਸਮੇਂ ਕਰਦੇ ਸੀ ਤਾਂ ਤੁਸੀਂ ਸਮਰਥਨ ਕਰਦੇ ਸੀ ਅੱਜ ਤੁਸੀਂ ਕਹਿ ਰਹੇ ਹੋ ਕਿ ਨਹੀਂ ਅਸੀਂ ਵਿਰੋਧ ਕਰਦੇ ਹਾਂ ਸੁਇਸਲੀ ਇਹ ਮੁੱਖ ਮੰਤਰੀ ਸਾਹਿਬ ਦਾ ਰਵਈਆ ਸਹੀ ਨਹੀਂ ਹੈ ਇਸ ਨੂੰ ਲੈ ਕੇ ਮਤਲਬ ਫਿਕਰਮੰਦੀ ਹੈ ਕਿ ਜੇ ਮੁੱਖ ਮੰਤਰੀ ਇਹ ਜਰ ਰੁਪਇਆ ਅਪਣਾਉਣਗੇ ਫਿਰ ਮਸਲਾ ਵਿਗੜੂਗਾ ਹਾਂ ਜਥੇਬੰਦੀਆਂ ਨੂੰ ਇਹ ਜਰੂਰ ਸੋਚ ਕੇ ਚੱਲਣਾ ਪਏਗਾ ਕਿ ਆਵਾਮ ਸਾਡੇ ਨਾਲ ਰਹੇ ਅਸੀਂ ਲੋਕਾਂ ਦਾ ਰੁਸਾ ਆਪਾਂ ਪਹਿਲਾਂ ਵੀ ਇਕੱਲੇ ਗੱਲ ਕਰਕੇ ਆਟਾ ਕਿ ਮੁੱਖ ਮੰਤਰੀ ਦਾ ਘਰ ਘੇਰ ਲਓ ਜੀ ਜੀ ਹੁੰਦਾ ਹੋ ਆਪਾਂ ਜੇ ਮੇਰੇ ਘਰ ਮੁਰੇ ਆਜੋ ਜਾ ਕੇ ਦੇਖ ਲੈਣ ਪਤਾ ਲੱਗ ਜੇਗਾ ਕਿ ਹਾਂ ਕਿੰਨਾ ਕੁ ਤੁਹਾਡੇ ਲਈ ਬੂਏ ਖੋਲਦੇ ਨੇ ਬਿਲਕੁਲ ਬਿਲਕੁਲ ਦੀਪ ਜੀ ਆ ਮੁੱਖ ਮੰਤਰੀ ਦੀ ਗੱਲ ਆਪਾਂ ਕਰ ਰਹੇ ਹਾਂ ਉਸ ਤੋਂ ਬਾਅਦ 26 27 ਤੇ 28 ਤਰੀਕ ਦਾ ਐਲਾਨ ਵੀ ਬਤੀ ਕਿਸਾਨ ਜਥੇਬੰਦੀਆਂ ਦੇ ਵੱਲੋਂ ਕੀਤਾ ਗਿਆ ਉਹਨਾਂ ਨੇ ਚੰਡੀਗੜ੍ਹ ਦੇ ਵਿੱਚ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਹੋਇਆ ਤੇ ਨਾਲ ਹੀ ਅੱਜ ਪ੍ਰੈਸ ਕਾਨਫਰੰਸ ਵੀ ਕੀਤੀ ਗਈ ਤੇ ਮੁੱਖ ਮੰਤਰੀ ਦੇ ਬਿਆਨ ਦੀ ਕਹਿਦੀ ਹੈ ਕਿ ਉਹਨਾਂ ਦਾ ਜਵਾਬ ਵੀ ਦਿੱਤਾ ਹੈ ਕਹਿੰਦੇ ਕਿ ਕੋਈ ਨਹੀਂ ਜੀ ਇਹ ਵੀ ਲਾਂਭਾ ਥੋੜਾ ਅਸੀਂ ਉਤਾਰ ਦੇਾਂਗੇ ਜਲਦ ਹੀ ਬਿਲਕੁਲ ਇੱਕ ਪਾਸੇ ਗੰਨਾ ਮਸਲੇ ਨੂੰ ਲੈ ਕੇ ਕਿਸਾਨ ਉਧਰ ਧਰਨੇ ਤੇ ਨੀਂ ਰੋਸ਼ਮਜਾਰਾ ਜਾਰੀ ਆ ਜੀ ਬਿਲਕੁਲ ਦੂਸਰੇ ਪਾਸੇ 32 ਜਥੇਬੰਦੀਆਂ ਜਾਂ ਸੰਯੁਕਤ ਕਿਸਾਨ ਮੋਰਚਾ ਜਿਹਦੇ ਵਿੱਚ ਅਗਰਾਂ ਹੋਰੀ ਵੀ ਸ਼ਾਮਿਲ ਨੇ ਇਹਨਾਂ ਲੱਖੋ ਵਾਲੋ ਵੀ ਸ਼ਾਮਿਲ ਨੇ ਬਾਕੀ ਸਾਰੀਆਂ ਜਥੇਬੰਦੀ ਜਿਹੜੀਆਂ ਸ਼ਾਮਿਲ ਨੇ ਉਹ ਗੈਰ ਰਾਜਨੀਤਿਕ ਜਿਹੜਾ ਥਲਾ ਉਹ ਵੱਖਰਾ ਡੱਲੇ ਵਾਲਾ ਧੜੇ ਨੂੰ ਛੱਡ ਕੇ ਜਾਂ ਪੰਨੂ ਪੰਦੇਰ ਨੂੰ ਛੱਡ ਕੇ ਤੇ ਇਹਨੂੰ ਜਿਹੜੀ ਰਾਜੇ ਵਾਲ ਤੇ ਉਹਦੇ ਨਾਲ ਪੰਜ ਜਥੇਬੰਦੀਆਂ ਨੇ ਉਹਨਾਂ ਨੇ ਵੀ ਸਮਰਥਨ ਦਿੱਤਾ ਤੇ ਅੱਜ ਕਿਸਾਨ ਭਵਨ ਚ ਬੈਠਕ ਸੀ ਬੈਠ ਕੇ ਉਹਨਾਂ ਨੇ ਐਲਾਨ ਕਰਤਾ ਕਿਉਂਕਿ ਉਸ ਬੈਠਕ ਦੇ ਦੌਰਾਨ ਇਹ ਮੁਕੰਦਰੀ ਸਾਹਿਬ ਦਾ ਟਵੀਟ ਆ ਗਿਆ ਤੇ ਉਹਨਾਂ ਨੇ ਕਹਿੰਦਾ ਠੀਕ ਹੈ ਜੀ ਅਸੀਂ ਤਿੰਨ ਦਿਨ ਲਈ ਆਉਣਾ ਹੀ ਹੈ ਚੰਡੀਗੜ੍ਹ ਤੇ ਫਿਰ ਮਿਲ ਲੈਨੇ ਆ ਉਹਦਣ ਤੇ ਆਉਣ ਦਿਓ ਸਾਨੂੰ ਔਰ ਗਰੰਟੀ ਹੈ ਜਤਿੰਦਰ ਜੀ ਉਹਨਾਂ ਨੂੰ ਪੰਜਾਬ ਤਾਂ ਮਤਲਬ ਕਿ ਮਹਾਲੀ ਤਾਂ ਮਹਾਲੀ ਚੰਡੀਗੜ੍ਹ ਜਾਂ ਮਹਾਲੀ ਚ ਵੜਨ ਵੀ ਦੇ ਦੇਣ ਉਹਨੂੰ ਰੋਕਣ ਲਈ ਪੂਰੀ ਪੁਲਿਸ ਲਾਉਣਗੇ ਜੀ ਪਾਣੀ ਦੇ ਟੈਂਕ ਖੜਾਉਣਗੇ ਡਾਂਗ ਭਰਉਣ ਲਈ ਤਿਆਰੀ ਕਰਨਗੇ ਔਰ ਉਹ ਕਹਿੰਦੇ ਅਸੀਂ ਪੂਰੀ ਤਿਆਰੀ ਨਾਲ ਆਵਾਂਗੇ ਮੁੱਖ ਮੰਤਰੀ ਸਾਹਿਬ ਨੇ ਹੁਣ ਤਾਂ ਆਪਕੇ ਤਾਂ ਕਿ ਸਾਡੇ ਨਾਲ ਆਜੋ ਸੋ ਤਿੰਨ ਦੇ ਨਾਲ ਹੀ ਉਹਨਾਂ ਨੇ ਚੰਡੀਗੜ੍ਹ ਆਉਣਾ ਤੈਅ ਕੀਤਾ ਉਹਦੇ ਵਿੱਚ ਸਾਰੀਆਂ ਮੰਗਾਂ ਸ਼ਾਮਿਲ ਨੇ ਚਾਹੇ ਉਹ ਕੇਂਦਰ ਨਾਲ ਸੰਬੰਧਤ ਨੇ ਚਾਹੇ ਉਹ ਪੰਜਾਬ ਨਾਲ ਸੰਬੰਧਤ ਨੇ ਚਾਹੇ ਉਹ ਫਸਲਾਂ ਦੀ ਐਮਐਸਪੀ ਦਾ ਮਸਲਾ ਹੋਵੇ ਚਾਹੇ ਉਹ ਪੁਰਾਣੇ ਮੂੰਗੀ ਦਾ ਮਸਲਾ ਹੋਵੇ ਚਾਹੇ ਉਹ ਝੋਨੇ ਦਾ ਮੀਂਹ ਕਰਕੇ ਬਰਬਾਦ ਹੋਈ ਫਸਲ ਦਾ ਮਸਲਾ ਹੋਵੇ ਚਾਹੇ ਗੁਲਾਬੀ ਸੁੰਡੀ ਚਿੱਟੀ ਮੱਖੀ ਵਾਲਾ ਮਸਲਾ ਹੋਵੇ ਚਾਹੇ ਸ਼ਹੀਦ ਹੋਏ ਕਿਸਾਨ ਪਰਿਵਾਰਾਂ ਦਾ ਮਸਲਾ ਹੋਵੇ ਚਾਹੇ ਕਰਜ਼ਿਆਂ ਦਾ ਮਸਲਾ ਹੋਵੇ ਚਾਹੇ ਖੁਦਕੁਸ਼ੀ ਵਾਲੇ ਮਜ਼ਦੂਰ ਕਿਸਾਨਾਂ ਦਾ ਮਸਲਾ ਹੋਵੇ ਸਾਰੇ ਮਸਲਿਆਂ ਦੀ ਸੂਚੀ ਤਿਆਰ ਆ ਉਹਨਾਂ ਕੋਲ ਤੇ ਉਹ ਕਹਿੰਦੇ ਸੂਚੀ ਤਿੰਨ ਦਿਨਾਂ ਲਈ ਅਸੀਂ ਚੰਡੀਗੜ੍ਹ ਨੂੰ ਰਵਾਨਾ ਹੋਣਾ ਤੇ ਮੈਨੂੰ ਪਤਾ ਲੱਗ ਰਿਹਾ ਕਿ ਮਹਾਲੀ ਵਾਲੇ ਪਾਸਿਓਂ ਇਕੱਠੇ ਹੋਣਗੇ ਤੇ ਉਸ ਤੋਂ ਗੁਰਦੁਆਰਾ ਸਿੰਘ ਸ਼ਹੀਦ ਵਾਲੇ ਪਾਸੇ ਤੋਂ ਕਿਤੇ ਉੱਠੇ ਹੋ ਕੇ ਫਿਰ ਉਹਨਾਂ ਚੰਡੀਗੜ੍ਹ ਨੂੰ ਰਵਾਨਗੀ ਪਾਉਣੀ ਹੈ ਟ੍ਰਿਬਿਊਨ ਵਾਲੀ ਰੋਡੋਂ ਚੁਣਨ ਦਾ ਤੈਅ ਕਰ ਰਹੇ ਨੇ ਅੱਜ ਤੇ ਉਹ ਤੋਂ ਬਾਅਦ ਉਹਨਾਂ ਨੇ ਮੁੱਖ ਮੰਤਰੀ ਸਾਹਿਬ ਦੇ ਘਰ ਕੰਨੀ ਨੂੰ ਜਾਣਾ ਤੇ ਉਮੀਦ ਕਰਦੇ ਹਾਂ ਮੁੱਖ ਮੰਤਰੀ ਸਾਹਿਬ ਕਲੀ ਵਿਛਾਉਣਗੇ ਉਹਦਣ ਕਿਹਾ ਜੀ ਆ ਮੈਂ ਰਾਹ ਕਲੀ ਵਿਛਾਤੀ ਜੀ ਆਇਆਂ ਨੂੰ ਲਿਖਾ ਵੀ ਲੈਣ ਜੀ ਪੰਜਾਬੀ 'ਚ ਲਿਖਾ ਲੈਣ ਲੱਗ ਜੂਗਾ ਪਤਾ ਤੇ ਇਸ ਲਈ ਇਹ ਕਹਿਣ ਦੇ ਭਾਵਨਾ ਹੋਰ ਨੇ ਟਵੀਟ ਕਰਕੇ ਧਮਕੀਆਂ ਵਾਲਾ ਅੰਦਾਜ਼ ਹੈ ਇਹ ਮੁੱਖ ਮੰਤਰੀ ਵਾਲਾ ਅੰਦਾਜ਼ ਨਹੀਂ ਹੈ ਨਹੀਂ ਤੁਸੀਂ ਚਿੱਠੀ ਭੇਜਦੇ ਕਿ ਭਾਈ 26 ਸਤਾਈ 28 ਨੂੰ ਜਿਹੜਾ ਆਉਣਾ ਮੇਰੇ ਕੋਲ ਸਿੱਧੇ ਆਇਓ ਬਿਲਕੁਲ ਬਿਲਕੁਲ ਤਦਿਕ ਜੀ ਰਹਿੰਦੇ 2 ਮਿੰਟਾਂ ਦੇ ਵਿੱਚ ਇੱਕ ਹੋਰ ਖਬਰ ਤੇ ਚਰਚਾ ਕਰ ਲੈਣੇ ਆ ਕਹਿੰਦੇ ਕਿ ਹੁਣ ਇੰਸਟਾਗ੍ਰam ਤੇ ਜਿਹੜੀਆਂ ਰੀਲਾ ਪੋਸਟ ਹੁੰਦੀਆਂ ਪਹਿਲਾਂ ਕਹਿੰ ਸੀਗੇ ਹਥਿਆਰਾਂ ਦੇ ਨਾਲ ਪੋਸਟ ਪਾਉਣ ਤੇ ਮਾਮਲੇ ਦਰਜ ਹੋਏ ਨੇ ਤੇ ਹੁਣ ਪੰਜਾਬ ਪੁਲਿਸ ਨੂੰ ਲੈ ਕੇ ਖਬਰਾਂ ਕਹਿੰਦੇ ਕਿ ਉਹ ਰੀਲਾ ਨਹੀਂ ਬਣਾ ਸਕਣਗੇ ਤੇ ਇੰਸਟਾਗ੍ਰam ਤੇ ਪੋਸਟ ਵੀ ਨਹੀਂ ਆਪਣਾ ਬਿਲਕੁਲ ਸੋਸ਼ਲ ਮੀਡੀਆ ਤੇ ਜਿਸ ਤਰ੍ਹਾਂ ਦੇ ਵੀ ਕੋਈ ਅਕਾਊਂਟ ਹੈਗੇ ਨੇ ਚਾਹੇ ਉਹ ਫੇਸਬੁੱਕ ਹੈ ਚਾਹੇ ਉਹ ਇੰਸਟਾਗ੍ਰam ਹੈ ਚਾਹੇ ਟਵਿੱਟਰ ਹੈ ਜਾਂ ਕੁਛ ਹੈ ਜਿੱਥੇ ਵੀ ਸੋਸ਼ਲ ਮੀਡੀਆ ਤੇ ਕੋਈ ਵੀ ਹੈਗੀ ਆ ਉਹਦੇ ਉੱਤੇ ਪੁਲਿਸ ਮੁਲਾਜ਼ਮ ਪੁਲਿਸ ਅਧਿਕਾਰੀ ਵਰਦੀ ਦੇ ਵਿੱਚ ਕੋਈ ਪੋਸਟ ਨਹੀਂ ਪਾ ਸਕਣਗੇ ਹਾਂ ਵਰਦੀ ਦੇ ਵਿੱਚ ਕੋਈ ਆਪਣੀ ਰੀਲ ਨਹੀਂ ਬਣਾ ਕੇ ਪਾ ਸਕਣਗੇ ਜੀ ਉਹ ਕਹਿੰਦੇ ਪੁਲਿਸ ਲੋਕ ਸੇਵਾ ਲਈ ਹੈ ਲੋਕ ਮਸਲਿਆਂ ਲਈ ਹੈ ਹਾਂ ਨਾ ਕਿ ਆਪਣੀ ਐਂਟਰਟੇਨਮੈਂਟ ਲਈ ਹੈ ਬਿਲਕੁਲ ਔਰ ਡਿਊਟੀ ਦੇ ਟਾਈਮ ਤੁਸੀਂ ਡਿਊਟੀ 'ਚ ਹੁੰਦੇ ਹੋ ਔਰ ਵਰਦੀ ਦਾ ਆਪਣਾ ਇੱਕ ਰੁਤਬਾ ਸੋ ਵਰਦੀ ਪਾ ਕੇ ਕਦੇ ਕੋਈ ਭੰਗੜਾ ਪਾਉਣ ਲੱ ਆ ਜਾਂਦਾ ਕਦੇ ਕੋਈ ਗੀਤ ਗਾਉਣ ਲੱ ਆ ਜਾਂਦਾ ਕਦੀ ਕੋਈ ਚੂੜੇ ਵਾਲੀ ਚੂੜਾ ਖੜਕਾਉਣ ਲੱਗ ਜਾਂਦੀ ਹੈ ਕਦੇ ਸਰਕਾਰੀ ਜੀਪ ਨਾਲ ਫੋਟੋਆਂ ਖਿਚਾਈ ਜਾਣਗੇ ਕਦੇ ਸਟਾਈਲ ਮਾਰੀ ਜਾਣਗੇ ਖਿੜਕੀ ਖੋਲ ਲਈ ਉਤਰ ਕੇ ਚੜ੍ਹ ਕੇ ਸੋ ਕਦੇ ਵੌਂਟ ਦੇ ਇਹ ਜਿਹੇ ਬਹੁਤ ਰੀਲਾਂ ਨੇ ਤੇ ਕੁਝ ਰੀਲਾਂ ਲੋਕ ਬਣਾ ਲੈਂਦੇ ਨੇ ਫਿਰ ਬਿਲਕੁਲ ਕਦੇ ਸ਼ਾਮ ਨੂੰ दारू ਪੀਂਦੇ ਕਦੇ ਗਿਰਦੇ ਟਿਕਦੇ ਉਹ 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 ਨਵੀਂ ਮਤਲਬ ਮਸਲਾ ਜੀ ਇਸ ਲਈ ਪੰਜਾਬ ਦੇ ਡੀਜੀਪੀ ਨੇ ਦੋ ਪਹਿਲੂਆਂ ਤੋਂ ਹਦਾਇਤ ਕੀਤੀ ਹੈ ਇੱਕ ਪਹਿਲੂ ਹੈ ਪੁਲਿਸ ਮੁਲਾਜ਼ਮਾਂ ਨੂੰ ਜੀ ਅਧਿਕਾਰੀਆਂ ਨੂੰ ਜਿਹੜੇ ਵਰਦੀ ਦੇ ਵਿੱਚ ਕੋਈ ਵੀ ਕਰਦੇ ਨੇ ਕਹਿੰਦੇ ਕਿਸੇ ਦਾ ਉਹ ਨਹੀਂ ਅਕਾਊਂਟ ਨਹੀਂ ਉਹ ਜਿਹਦਾ ਅਕਾਊਂਟ ਬੰਦ ਕਰੋ ਜੀ ਔਰ 700 ਦੇ ਕਰੀਬ ਪੁਲਿਸ ਮੁਲਾਜ਼ਮਾਂ ਦੇ ਜਾਂ ਇਹਨਾਂ ਦੇ ਵਿਭਾਗਾਂ ਨਾਲ ਸੰਬੰਧਿਤ ਅਕਾਊਂਟ ਲਿਸਟ ਜ ਬਣਾ ਲਈ ਹੈ 700 ਦਾ ਬੰਦ ਹੋਣੀ ਉਹ ਤੋਂ ਵੱਧ ਵੀ ਸਕਦੇ ਦੂਸਰੀ ਹਦਾਇਤ ਕੀਤੀ ਹੈ ਉਹਨਾਂ ਜਿਹੜੇ ਨਕਲੀ ਪੁਲਿਸ ਵਾਲੇ ਬਣ ਕੇ ਰੀਲਾਂ ਪਾਉਂਦੇ ਨੇ ਪੁਲਸ ਵਾਲੇ ਹੈ ਨਹੀਂ ਪਰ ਵਰਦੀ ਪਾ ਕੇ ਕਦੇ ਨਾਕਾ ਲਾਉਣ ਵਾਲੀ ਵੀਡੀਓ ਜੀ ਬਣਾ ਲਈ ਕਦੇ ਕੁਝ ਕਰ ਲਿਆ ਉਹ ਕਹਿੰਦੇ ਇਹਦੇ ਨਾਲ ਲੋਕਾਂ 'ਚ ਭਰਮ ਵੀ ਪੈਂਦਾ ਔਰ ਲੱਗਦਾ ਕੋਈ ਠੱਗੀਦਾਰ ਆਦਾ ਨਾ ਹੋਵੇ ਕੋਈ ਮਸ਼ਹੂਰੀਦਾਰ ਸੋ ਉਹਨਾਂ ਦੇ ਉੱਤੇ ਕਾਨੂੰਨੀ ਕਾਰਵਾਈ ਹੋਗੀ ਜਿਹੜੇ ਨਕਲੀ ਪੁਲਸ ਵਾਲੇ ਵਰਦੀਆਂ ਪਾ ਕੇ ਕਰਨਗੇ ਜਿਹੜੇ ਅਸਲੀ ਪੁਲਸ ਵਾਲੇ ਵਰਦੀ ਦੇ ਵਿੱਚ ਇਹੋ ਜਿਹਾ ਕੁਝ ਪਾਉਣਗੇ ਰੀਲਾਂ ਰੂਲਾਂ ਉਹਨਾਂ ਤੇ ਵਿਭਾਗੀ ਕਾਰਵਾਈ ਹੋਗੀ ਮੈਂ ਉਹਨਾਂ ਨੂੰ ਹਦਾਇਤ ਆ ਕਿ ਆਪਣੇ ਪੇਜ ਵੀ ਹਟਾਓ ਤੇ ਆਪਣੇ ਕੰਮ ਵੀ ਬੰਦ ਕਰੋ ਬਿਲਕੁਲ ਬਿਲਕੁਲ ਸ ਪਰ ਧੰਨਵਾਦ ਦੀਪਕ ਸ਼ਰਮਾ ਚਨਾਰਥ ਜੀ ਨੇ ਖਬਰਾਂ ਤੇ ਵਿਚਾਰ ਸਾਂਝ ਕਰਨ ਦੇ ਲਈ ਸੋ ਅੱਜ ਦੇ ਗਲੋਬਲ ਡਿਸਕਸ਼ਨ ਪ੍ਰੋਗਰਾਮ ਦੇ ਵਿੱਚ ਇਹਨਾਂ ਹੀ ਕਲਮੁੜ ਹਾਜ਼ਰ ਹੋਵਾਂਗੇ ਵੱਡੀਆਂ ਖਬਰਾਂ ਤੇ ਚਰਚਾ ਕਰਨ ਦੇ ਲਈ ਤਦ ਤੱਕ ਲਈ ਤੁਸੀਂ ਦੇਖ ਰਹੋ ਗਲੋਬਲ ਪੰਜਾਬ ਟੀਵੀ ਤੇ ਸਾਨੂੰ ਦਿਓ ਅਛਾਸਾ ਧੰਨਵਾਦ